ओ तू ही सानू हकाली ओ जगाया सच्ची दी पुस्या ओ तू ही सानू सुत्या उठाया सच्ची दी पुस्या ओ केड़े मर जीवड़े ओ केड़े मर जीवड़े जोंदे मोए सानू याद ने ओ केड़े केड़े हसे केड़े रोए सानू याद ने ओ जेड़े साडे हक च खलोए सानू याद ने ओ केड़े केड़े हसे केड़े रोए सानू याद ने ओ जेड़े साडे गदार दा सर्टिफिकेट दे जाने मैं फेर खड़ा और बहुत कुछ पी बैठा हजे अंदर जे मैं कि परता फरोलन ते आ गया ना ते ए सारा कुछ खोलन ते आ गया जेड़े गुजे भेद होंगे ਸਤਿ ਸ੍ਰੀ ਅਕਾਲ ਦੋਸਤੋ 15 ਫਰਵਰੀ ਦੀ ਉਹ ਕਾਲੀ ਰਾਤ ਜਦੋਂ ਕੌਮੀ ਯੋਧਾ ਦੀਪ ਸਿੱਧੂ ਸਰੀਰਕ ਤੌਰ ਤੇ ਹਮੇਸ਼ਾ ਦੇ ਲਈ ਸਾਡੇ ਤੋਂ ਦੂਰ ਚਲਿਆ ਗਿਆ ਤੇ ਦੋਸਤੋ ਦੱਸ ਦਈਏ ਕਿ ਜਿਸ ਸਕਾਰਪੀਓ ਗੱਡੀ ਦੇ ਵਿੱਚ ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਹੈ ਜਿਸ ਸਕਾਰਪੀਓ ਗੱਡੀ ਦੇ ਵਿੱਚ ਆਖਰੀ ਵਾਰ ਸਫ਼ਰ ਕਰਦਾ ਦੀਪ ਸਿੱਧੂ ਉਸ ਸਕਾਰਪੀਓ ਗੱਡੀ ਨੂੰ ਸੋਨੀਪਤ ਜਿੱਥੇ ਕਿ ਉਹ ਸਾਰੀ ਘਟਨਾ ਵਾਪਰੀ ਸੀ ਜਿਸ ਦੇ ਕਰਕੇ ਇਹ ਕੌਮੀ ਯੋਧਾ ਕੌਮ ਦਾ ਹੀਰਾ ਹਮੇਸ਼ਾ ਹਮੇਸ਼ਾ ਦੇ ਲਈ ਸਰੀਰਕ ਤੌਰ 'ਤੇ ਸਾਡੇ ਤੋਂ ਦੂਰ ਚਲਿਆ ਗਿਆ ਉਸ ਗੱਡੀ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਲਿਆਂਦਾ ਗਿਆ ਪਰਿਵਾਰ ਵੱਲੋਂ ਇਸ ਗੱਡੀ ਨੂੰ ਇਸ ਕਰਕੇ ਹੀ ਵਾਪਸ ਲਿਆਂਦਾ ਗਿਆ ਤਾਂ ਕਿ ਹੋ ਸਕਦਾ ਦੀਪ ਸਿੱਧੂ ਦੀ ਇੱਕ ਯਾਦ ਦੇ ਤੌਰ 'ਤੇ ਇਸ ਗੱਡੀ ਨੂੰ ਫਿਰ ਤੋਂ ਉਸੇ ਤਰ੍ਹਾਂ ਤਿਆਰ ਕਰਵਾਇਆ ਜਾਵੇ ਤਾਂ ਕਿ ਦੀਪ ਸਿੱਧੂ ਦੀ ਯਾਦ ਇੱਕ ਤਾਜ਼ਾ ਰਹਿ ਸਕੇ ਸੋ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕਮੈਂਟ ਜ਼ਰੂਰ ਕਰਨਾ ਉਹ ਤੇਰੀਆਂ ਸਪੀਚਾਂ ਸਿੰਘਾ ਕਿਆਮਤ ਤੱਕ ਗੂੰਜਦੀਆਂ ਰਹਿਣਗੀਆਂ ਜੇ ਪੁੱਤ ਦੇ ਨਾਂ ਤਾਂ ਦਈ ਦੀਪ ਵਰਗਾ ਰੱਬ ਨੂੰ ਮਾਵਾਂ ਕਹਿਣਗੀਆਂ ਆ ਤੱਕੜੀ ਪੰਜਾ ਝਾੜੂ ਛੱਡ ਕੇ ਜਿਹੜੀ ਕਿਰਪਾਨ ਯਾਦ ਕਰਾ ਕੇ ਗਿਆ ਕਿ ਅੱਜ ਨਹੀਂ ਤਾਂ ਕੱਲ ਅਸੀਂ ਉਹ ਮੰਜ਼ਿਲ ਤੇ ਪਹੁੰਚਾਂਗੇ ਜ਼ਰੂਰ ਜਿਹੜੀ ਤੂੰ ਦਿਖਾ ਕੇ ਗਿਆ ਕਿ ਮੰਨਦੇ ਆ ਸੂਰਮੇ ਥੋੜ੍ਹੀ ਲਿਖਾ ਕੇ ਆਉਂਦੇ ਆ ਪਰ ਤੇਰੀ ਕੌਮ ਨੂੰ ਲੋੜ ਸੀ ਬਥੇਰੀ ਕਿ ਜੇ ਇੱਕ ਦੀਪ ਖੋਇਆ ਹੋਰ ਦਈ ਜ਼ਰੂਰ ਰੱਬਾ ਤੈਨੂੰ ਅਰਜੋਈ ਆ ਮੇਰੀ ਬਾਕੀ ਇੱਥੋਂ ਵੀ ਪਤਾ ਚੱਲਦਾ ਕਿ ਜਿਹਦੀ ਹੋਂਦ ਨਾਲ ਕੁਰਸੀਆਂ ਦੇ ਪਾਵੇ ਕੰਬੇ ਉਹਨੂੰ ਗੱਦਾਰ ਦਿਖਾ ਦਿੱਤਾ ਜਾਏਗਾ ਤੇ ਜੇ ਸਿੱਧੇ ਮੱਥੇ ਟੱਕਰਾਂਗੇ ਸਰਕਾਰਾਂ ਨਾਲ ਸੜਕ ਹਾਦਸਾ ਕਰਾ ਦਿੱਤਾ ਜਾਏਗਾ ਉਹ ਸੜਕ ਹਾਦਸਾ ਕਰਾ ਦਿੱਤਾ ਜਾਏਗਾ।